अस्सलाम वालेकुम, क्या हाल है सारे भ्रावां दा? ठीक हो? ते टाइम मिलिया वीडियो लाने आ भ्रावां वास्ते, फिर पता नहीं कदों मुलाकात होएगी। इन ब्रीडिंग दे बारे च मैं दसदा हुंदा अक्सर, ते मैं आपे भी कढ़ा के भी लोकां नूं जिहड़ा वा दस्सिया कि इस तरह मतलब इन ब्रीडिंग विच बच्चे नोक नली अखां रंग शंग आरशा इक जैसी आ जांदी। ठीक है, ते बेसिक माड़ा मोटा मेरा तजर्बा है इस बारे च ब्रीडिंग दे च। ते मिसाल तौर इक ਤੁਸੀਂ ਤੱਕਦੇ ਹੋ ਟੈਡੀ ਕਬੂਤਰ ਨੂੰ, ਜਿਸ ਤਰ੍ਹਾਂ ਟੈਡੀਆਂ ਦੀ ਮਿਸਾਲ ਦਿੰਦੇ ਹਾਂ ਕਬੂਤਰਾਂ ਤੋਂ ਸ਼ਾਇਦ ਜਲਦੀ, ਉਹ ਸਾਰੇ ਬੰਦੇ ਜਿਹੜਾ ਚਾਹੁੰਦੇ ਨੇ ਕਿ ਉਹਨਾਂ ਕੋਲ ਇੱਕੋ ਜਿਹੇ ਟੈਡੀ ਆਉਣ। ਠੀਕ ਹੈ, ਜਾਂ ਤੁਸੀਂ ਕੋਈ ਵੀ ਬਰੀਡ ਲੈ ਲਓ, ਉਸ ਬੰਦੇ ਦਾ ਦਿਲ ਕਰਦਾ ਵੀ ਮੇਰੇ ਕੋਲ ਇਹ ਜੋੜਾ ਇੱਕ ਜਿਹਾ ਨਾ, ਇਹਦੇ ਬੱਚੇ ਇੱਕ ਜਿਹੇ ਰਹਿਣ, ਸਾਰੇ ਮੇਰੇ ਕੋਲ ਨਾ 50-60 ਇੱਕੋ ਜਿਹੇ ਕਬੂਤਰ ਹੋਣ। ਅਕਸਰ ਸੈਟਅਪ ਤੁਹਾਨੂੰ ਲੋਕਾਂ ਦੇ ਤੱਕ ਵੱਖਰੇ ਚ, ਇੱਕ ਚ ਸਲੇਟੇ ਨੇ ਸਾਰੇ, ਇੱਕ ਚ ਲੱਖੇ ਨੇ, ਇੱਕ ਚ ਨੀਲੇ, ਇੱਕ ਚ ਪੀਲੇ, ਇਸ ਤਰ੍ਹਾਂ। ਤੇ ਉਹ ਲੋਕ ਇੱਕ ਵਾਰੀ ਅਸੀਂ ਵੀ ਉੱਥੇ ਜਾਈਏ, ਅਸੀਂ ਤਕਸਾਂ ਯਾਰ ਕਿਆ ਬਾਤ ਹੈ, ਇਹਨੇ ਕੋਈ ਚੀਜ਼ ਬਣਾਈ ਹੋਈ ਹੈ। ਤੇ ਬਰੀਡ ਦਾ ਬੇਸਿਕ ਮਕਸਦ ਇਹ ਹੀ ਹੈ। ਠੀਕ ਹੈ, ਹਰ ਬੰਦੇ ਹੁਣ ਲੜਾਉਣੇ ਤੇ ਨਹੀਂ ਨਾ, ਜਿਹੜੇ ਜੂਏ ਲੱਗੇ ਨੇ ਉਹਨਾਂ ਨੂੰ ਛੱਡ ਦਿਓ, ਉਹ ਸਾਡੇ ਕਿਤੇ ਕਾਗਜ਼ਾਂ ਨਹੀਂ ਆਉਂਦੇ। ਅਸੀਂ ਨਾ ਉਹਨਾਂ ਨੂੰ ਇਨਸਾਨ ਹੀ ਨਾ ਸਮਝਦੇ ਜਿਹੜੇ ਜਵਾਰੀ ਨੇ। ਠੀਕ ਹੈ, 5-5 ਲੱਖ ਦੇ ਕੁੱਕਰ ਲਾਉਂਦੇ ਨੇ, ਮੈਂ ਉਹਨਾਂ ਨੂੰ ਕੁਝ ਨਾ ਸਮਝਾਂ, ਜਿੱਡੀ ਵੀ ਕਿਸੇ ਦੀ ਮੁਹਾਲਵਤ ਆ ਜਾਂ ਜੋ ਵੀ ਆ ਕੁਛ, ਤੇ ਉਹ ਪੁਰ ਕਲੰਦਰ ਸਾਡੇ ਆਰੋ। ਬਰੀਡਿੰਗ ਚ ਤੁਸੀਂ ਨੋਕ, ਠੀਕ ਹੈ, ਮੁਰਗ ਦੀ ਅੱਖ, ਮੁਰਗ ਦੀ ਨਲੀ, ਠੀਕ ਹੈ, ਇਹਦਾ ਇੱਕ ਜੈਸਾ ਹੋਣਾ ਜ਼ਰੂਰੀ ਹੈ ਮੇਰੇ ਇਲਮ ਦੇ ਮੁਤਾਬਕ। ਠੀਕ ਹੈ, ਕਲਰ ਅਪਰੂ ਕਾਲਾ ਹੈ ਜਾਂ ਲੱਖ ਹੈ, ਉਹ ਫਿਰ ਨਾਲ ਵੀ ਜ਼ਾਹਿਰ ਗੱਲ ਹੈ ਤੁਸੀਂ ਉਹ ਜਿਹੜਾ ਲਾਓਗੇ ਤੇ ਬੱਚੇ ਅੱਗੇ ਪੈਣਗੇ। ਇਹਦੇ ਪਰਾਂ ਨੂੰ ਤੁਸੀਂ ਚੈੱਕ ਕਰ ਲਵੋ, ਇਧਰ ਕਈ ਛੁਪੇ ਹੋਵੇ ਕਿ ਕੋਈ ਦੂਸਰਾ ਪਾਰ ਨਾ ਹੋਵੇ, ਮਤਲਬ ਸਾਵਾ ਪਾਰ ਨਾ ਹੋਵੇ। ਕਾਲਿਆਂ 'ਚ ਚਿੱਟਾ ਆਮ ਚੱਲਦਾ ਨਾ, ਚਿੱਟਾ ਤੇ ਸੂਆ, ਇਹ ਵੇਖਿਆ ਸੂਆ। ਕਾਲਿਆਂ ਵਿੱਚ ਬਰਾਊਨ ਤੇ ਜਿਹੜਾ ਨਾ ਚਿੱਟਾ, ਇਹ ਆਮ ਚੱਲਦਾ। ਠੀਕ ਹੈ, ਅੱਛੇ ਹੋਣ ਦੀ ਇਹ ਨਿਸ਼ਾਨੀ ਹੈ। ਤੇ ਅਸੀਂ ਮਤਲਬ ਇਸ ਕੁੱਕੜੀ ਨੂੰ ਹੁਣ ਇਸ ਤਰ੍ਹਾਂ ਦੇ ਨਾਲ ਨਾਲ ਲਾਸਾਂ, ਫਿੱਕੀ ਪੀਲੀ ਨੋਕ ਨਲੀ ਵਾਲੇ ਨਾਲ ਉਹਦੀ ਅੱਖ ਵੀ ਸਜੈਸੀ ਹੋਏਗੀ, ਤੇ ਫਿਰ ਸਾਡਾ ਜੋੜਾ ਕਾਮਯਾਬ ਹੋਏਗਾ, ਤੋ ਸਾਨੂੰ ਬੱਚੇ ਵੀ ਕਾਲੇ ਮਿਲਣਗੇ। ਤੇ ਕੋਈ ਦੋ ਬੰਦੇ ਆਸਣ ਤਕਸਣ ਵੇਦੀ ਸ਼ੈਲੀ ਸਾਡੀ, ਚਾਹ ਜੀ ਕਿਆ ਬਾਤ ਹੈ, ਬੰਦੇ ਨੇ ਕੋਈ ਚੀਜ਼ ਰੱਖੀ ਹੈ, ਜਿਹੜਾ ਕੱਟੋ ਉਹੀ ਉਹ ਲਾਲ ਵਾਲਾ ਸਾਵ ਹੈ। ਤੇ ਬਾਕੀ ਅਗਰ ਤੁਸੀਂ ਰੋਲਡ ਗੋਲਡ ਕਢਾਓਗੇ, ਸਾਵੇ ਨੀਲੇ ਪੀਲੇ ਚਿੱਟੇ ਕਾਲੇ ਸੂਏ, ਤੇ ਉਸ ਚੀਜ਼ ਦਾ ਫਿਰ ਕੋਈ ਮਕਸਦ ਨਹੀਂ ਹੈ, ਉਹ ਦਸਾਂ ਚੋਂ ਇੱਕ ਚੰਗਾ ਨਿਕਲ ਆਉਂਦਾ ਹੈ। ਤੇ ਮਿਹਨਤ 200 ਸਾਲ ਦੀ ਤੁਹਾਨੂੰ ਇੱਕ ਹੋਰ ਸਾਲ ਦਿੰਦਾ ਵਾ, ਪਿੰਦਾ ਇੱਕ ਫੜ ਕੇ। ਹੁਣ ਸਾਲ ਹੈ ਮੇਰਾ ਕੁੱਕੜ ਹੈ, ਠੀਕ ਹੈ, ਮੇਰੇ ਕੋਲ ਹੈ ਤਕਰੀਬਨ 14 ਸਾਲਾਂ ਤੋਂ, ਕੁੱਤੇ ਵਾਲੇ ਦਾ ਬਾਪ ਹੈ, ਨਸਲ ਹੈ, ਨਾਂ ਮੈਂ ਰੱਖਿਆ। ਠੀਕ ਹੈ, ਇਹਦੇ ਪੁੱਤਰ ਨੂੰ ਨਾ ਕੁੱਤਾ ਪਿਆ ਸੀ, ਤੇ ਵਕਤ ਜਾਣਦਾ ਤੇ ਉਹ ਬੰਦੇ ਜਿਹਨਾਂ ਕੋਲੋਂ ਰਿਹਾ ਹੋਇਆ ਕਿ ਬੰਦ ਗਤੀ 2-2.5 ਮਿੰਟ ਚ ਉਹਨੇ ਕੁੱਕੜ ਆਰਾਮ ਕਰ ਦਿੱਤੇ, ਸਮੇਂ ਛੁਰੀ ਵੀ ਨਹੀਂ ਸੀ ਫੇਰਨ ਦਿੱਤੀ ਬੰਦ ਗਤੀ ਵਿੱਚ। ਤੇ ਅੱਜ ਕੱਲ੍ਹ ਉਹ ਕੁੱਕੜ ਕਿੱਥੇ ਆਏ, ਬੜੇ ਘੱਟ ਕਿਸੇ ਕੋਲ, ਠੀਕ ਹੈ, ਤਕੜੇ ਨੂੰ ਨਹੀਂ ਮਿਲਦੇ। ਹੁਣ ਇਹ ਕੁੱਕੜ ਹੈ ਨਾ, ਇਹਦੇ ਚ ਮੈਂ ਸਾਵੇ ਨੀਲੇ ਪੀਲੇ ਫਲਾਣਾ ਫਲਾਣਾ ਬਜਰੇ ਹਰ ਰੰਗ ਕਢਾਇਆ, ਲੱਖਾਂ ਕਢਾਇਆ। ਤੇ ਬੇਸਿਕ ਇਹਦੇ ਵਿੱਚ ਲੱਖਾਂ ਹੀ ਰੰਗ ਸੀ, ਇਸਦੇ ਬੱਚੇ ਹਲੇ ਤੱਕ ਮੇਰੇ ਕੋਲ ਲੱਖੇ ਨਿਕਲਦੇ ਆਉਂਦੇ ਨੇ, ਅੱਗੋਂ ਨਸਲ ਚੱਲਦੀ ਆਉਂਦੀ ਹੈ। ਠੀਕ ਹੈ, ਕਹਿਣ ਦਾ ਮਕਸਦ ਹੈ ਕਿ ਫਿਰ ਉਸ ਚੀਜ਼ ਦਾ ਉਹ ਮਜ਼ਾ ਨਹੀਂ ਹੈ, ਮੇਰੇ ਕੋਲ ਹੁਣ ਲੱਖ ਹੈ ਨਾ, ਤੇ ਇਸੇ ਦਾ ਬੱਚਾ ਮੈਂ ਸਾਵਾ ਕਿਸੇ ਦੋਸਤ ਨੂੰ ਗਿਫਟ ਕਰ ਦੇਣਾ। ਉਹ ਆਖਸੀ ਜੀ ਕਿਸੇ ਨੂੰ ਤੁਸਾਂ ਨੂੰ ਮਤਲਬ ਆਖਦਾ ਵੀ ਇਹ ਮੈਂ ਨੁਮਾਨ ਦੇ ਘਰੇ ਦੇ ਕੁੱਤੇ ਵਾਲੇ, ਉਹ ਅੱਗੋਂ ਆਖਸੀ ਮਾਰੋ ਇਹ ਕੁੱਤੇ ਵਾਲਾ ਹੈ ਹੀ ਨਹੀਂ, ਉਹਦੇ ਕੋਲ ਤੇ ਲੱਖ ਹਨ ਕੁੱਤੇ ਵਾਲੇ, ਇਹ ਤੇ ਸਾਵਾ ਹੈ। ਤੇ ਇਹ ਚੀਜ਼ ਹੈ, ਇਨ ਬਰੀਡਿੰਗ ਦੇ ਬਹੁਤ ਸਾਰੇ ਫਾਇਦੇ ਨੇ। ਠੀਕ ਹੈ, ਅਗਰ ਤੁਸਾਂ ਨਾਮ ਬੁਲਵਾਉਣਾ ਹੈ, ਇਹ ਵੱਡੇ ਵੱਡੇ ਜਿਤਨੇ ਨਾਮ ਨੇ ਬਜ਼ੁਰਗਾਂ ਦੇ ਜਿਨ੍ਹਾਂ ਦੀਆਂ ਨਸਲਾਂ ਮਸ਼ਹੂਰ ਨੇ, ਆਲਮ ਸਾਹਿਬ ਵਾਲੇ ਜਾਂ ਇਹਨਾਂ ਦੇ ਨਵਾਬ ਵਾਲੇ ਜੋ ਵੀ ਹੈ, ਉਹ ਇੱਕ ਨੋਕ ਨਲੀ ਇੱਕ ਰੰਗ 'ਚ ਆਉਂਦੇ ਸਨ, ਤਾਂ ਉਹਨਾਂ ਦੇ ਕੰਮ ਵੀ ਅੱਛੇ ਸਨ। ਅਤੇ ਇਨ ਬਰੀਡਿੰਗ 'ਚ ਰਹੋ, ਪਾਕਿਸਤਾਨੀ ਬਹੁਤ ਜ਼ਿਆਦਾ ਕ੍ਰਾਸ 'ਚ ਚਲੇ ਗਏ, ਬਹੁਤ ਜ਼ਿਆਦਾ ਕਿ ਦੇਸੀਆਂ ਆ ਟੁਰ ਪਿਓ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਸੀਲੇ ਕਿਹੜੇ ਪਾਸੇ ਹੈ, ਤੁਸੀਂ ਦੇਸੀਆਂ ਨੇ ਉਹ ਬੁੰਡੇ ਚਾਹੇ ਨੇ ਵਾਹਾਂ ਵਿੱਚ, ਅਤੇ ਰੰਗ ਬਿਰੰਗੀ ਨਿਕਲੇ ਜਾ ਰਹੇ ਨੇ, ਹੋਮ ਬਰੀਡ ਹੋਮ ਬਰੀਡ ਹੋਮ ਬਰੀਡ, ਇਹ ਹੋਮ ਬਰੀਡ ਨਹੀਂ ਆਉਂਦੀ। ਠੀਕ ਹੈ, ਉਮਰੀਡ ਹੋਈ ਹੈ, ਹੁਣ ਮੈਂ ਇਹਨੂੰ ਇਸ ਮਾਦੀ ਨਾਲ ਲਾਸਾਂ ਅਤੇ ਬੱਚੇ ਮੁਖਤਲਿਫ ਰੰਗਾਂ ਦੇ ਨਿਕਲਸਾਂ। ਠੀਕ ਹੈ, ਕਿਉਂਕਿ ਇਹ ਸਾਵਾ ਵੈ, ਮੁਸ਼ਕਾ ਸਾਵਾ ਵੈ, ਮਾਦੀ 'ਚ ਵੀ ਪਰ ਹੈ ਕਦਰੇ, ਹੁਣ ਇਹਨਾਂ 'ਚ ਜਿਹੜਾ ਜ਼ਿਆਦਾ ਪਰ ਹੈ ਉਹ ਸਾਵਾ ਹੀ ਹੈ, ਸਮਝ ਆ ਗਈ। ਅਤੇ ਇਸ ਮਾਦੀ 'ਚ ਜਿਹੜਾ ਨਾ, ਅਤੇ ਕੋਈ ਬੱਚੇ ਜਿਹੜਾ ਨਾ ਸਾਵੇ ਜ਼ਿਆਦਾ ਪੈਸਾ, ਬਾਕੀ ਦੂਸਰਾ ਕੋਈ ਸੂਹਾ ਨਿਕਲਿਆ ਸੀ, ਕੋਈ ਫਲਾਣਾ ਨਿਕਲਿਆ, ਉਸ ਚੀਜ਼ ਦਾ ਮਜ਼ਾ ਨਹੀਂ ਹੈ। ਸੈਟ ਕਢਾਓ, 12 ਨਿਕਲਣ 15 ਨਿਕਲਣ ਇੱਕ ਜੈਸਾ, ਤੁਹਾਨੂੰ ਫਿਰ ਸ਼ੌਕ ਦਾ ਮਜ਼ਾ ਵੀ ਆਏਗਾ। ਠੀਕ ਹੈ,
ਅੱਲਾ ਹਾਫਿਜ਼। ਇਹ ਹੁੰਦੀ ਹੈ ਬਰੀਡਿੰਗ, ਤੁਹਾਨੂੰ ਸਮਝ ਆ ਗਈ ਹੋਣੀ ਇਹਨਾਂ ਦੇ ਮੂੰਹ ਵੇਖ ਕੇ। ਅੱਲਾ ਹਾਫਿਜ਼।